ਗੁਆਂਢੀ ਨਾਲ ਦਾ ਜੂਸ ਕਮ ਸੇ ਕਮ ਅਸੀਂ 4 ਡਰਮ ਡੋਲ ਕੇ ਗਏ ਸੀ। ਰਾਤ ਉਤਰੀ ਹੋਏ ਇੱਥੇ ਜਿਹੜਾ ਜੂਸ ਇਹਨਾਂ ਨੇ ਡਰਮ ਬਣਾ ਕੇ ਰੱਖੇ ਹੋਏ ਆ, ਕਹਿੰਦੇ ਅਨਾਰ ਦਾ ਜੂਸ ਆ, ਪਲਾਉਂਦੇ ਜਿਹੜਾ ਦੂਜਾ ਜੂਸ ਹੈ। ਸਸਤਾ ਨਾ ਨਾ ਇਕੱਲਾ ਦੇਖੋ, ਕੁਆਲਿਟੀ ਫੂਡ ਵੀ ਤਾਂ ਤੁਹਾਨੂੰ ਮਿਲੇ। ਗੱਡੀ 'ਚੋਂ ਜੂਸ ਮੰਗਵਾ ਲੈਂਦੇ ਹਾਂ, ਜਰਾ ਉੱਤਰ ਕੇ ਦੇਖ ਲਿਆ ਕਰੋ, ਮਾਰ ਦਿਓ ਕੈਂਸਰ ਕਰ ਦਿਓ ਲੋਕਾਂ ਨੂੰ। ਡਾਕਟਰ ਸਾਹਿਬ, ਅੱਜ ਇੱਥੇ ਪਹੁੰਚੇ ਹੋ ਜੀ, ਸੈਂਪਲ ਲੈ ਰਹੇ ਹੋ, ਸੈਂਪਲ ਲੈ ਕੇ ਕੀ ਪਾਇਆ ਗਿਆ ਜੀ ਇੱਥੇ? ਨਹੀਂ, ਅੱਜ ਸੈਂਪਲ ਨਹੀਂ ਲਏ, ਕਿਉਂਕਿ ਜੂਸ ਜਿਹੜਾ ਆ ਇਹਨਾਂ ਨੂੰ ਉਦਣ ਹਦਾਇਤਾਂ ਕਰਕੇ ਗਏ ਸੀ, ਇਹਨਾਂ ਦਾ ਜੂਸ ਕਮ ਸੇ ਕਮ ਅਸੀਂ 4 ਡਰਮ ਡੋਲ ਕੇ ਗਏ ਸੀ। ਡਰਮ ਵੀ ਬਰਾਤ ਉਤਰੀ ਹੋਏ ਇੱਥੇ ਜਿਹੜਾ ਜੂਸ ਇਹਨਾਂ ਨੇ ਡਰਮ ਬਣਾ ਕੇ ਰੱਖੇ ਹੋਏ ਆ, ਬੰਦੇ ਆਉਂਦੇ 2-3 ਪੈਸੈਂਜਰ ਆਉਂਦੇ ਆ, ਜੂਸ ਫਰੈਸ਼ ਬਣਾ ਕੇ ਦਿੱਤਾ ਜਾ ਸਕਦਾ, ਪਰ ਇਹਨਾਂ ਦੀ ਪ੍ਰੈਕਟਿਸ ਗਲਤ ਹੈ। ਇਹ ਜਿਹੜਾ ਰੰਗ ਸਿੰਥੈਟਿਕ ਆ ਬਣਾ ਕੇ ਜੂਸ ਪਾਉਂਦੇ ਆ, ਕਹਿੰਦੇ ਅਨਾਰ ਦਾ ਜੂਸ ਆ, ਪਲਾਉਂਦੇ ਜਿਹੜਾ ਦੂਜਾ ਜੂਸ ਹੈ ਪਾਣੀ 'ਚ ਘੋਲ ਕੇ। ਔਰ ਲੋਕਾਂ ਨੂੰ ਵੀ ਅਜੀਬ ਗੱਲ ਆ, ਲੋਕ ਸੋਚਣ ਯਾਰ ਵੀ ਸਸਤਾ ਨਾ ਨਾ ਇਕੱਲਾ ਦੇਖੋ, ਕੁਆਲਿਟੀ ਫੂਡ ਵੀ ਤਾਂ ਤੁਹਾਨੂੰ ਮਿਲੇ। ਸੋ ਮੈਂ ਇਹ ਵਾਰ ਵਾਰ ਕਹਿੰਦਾ, ਅੱਜ ਅਸੀਂ ਸੀਲਾਂ ਲਾ ਗਏ ਕਿਉਂਕਿ ਸਾਨੂੰ ਅੱਜ ਵੀ ਪਤਾ ਲੱਗਾ ਲੋਕਾਂ ਦੀਆਂ, ਪਬਲਿਕ ਬਹੁਤ ਅਵੇਅਰ ਹੋ ਰਹੀ। ਮੇਰਾ ਪਰਪਜ਼ ਉੱਦਣ ਸੀਗਾ ਜਿਹੜਾ ਬੋਲਣ ਦਾ ਵਾਰ ਵਾਰ, ਵੀ ਪਬਲਿਕ ਅਵੇਅਰ ਹੋਵੇ, ਇਕੱਲੀ ਫੂਡ ਸੇਫਟੀ ਟੀਮ ਜਾਂ ਫੂਡ ਸੇਫਟੀ ਵਾਲੇ ਨਹੀਂ ਸਾਰਾ ਕੁਛ ਇਨਸ਼ੋਰ ਕਰ ਸਕਦੇ। ਸਾਡਾ ਪਰਪਜ਼ ਹੈ ਵੀ ਲੋਕ ਵੀ ਉੱਠ ਕੇ ਜਰਾ ਗੱਡੀ 'ਚੋਂ ਜੂਸ ਮੰਗਵਾ ਲੈਂਦੇ ਹਾਂ, ਜਰਾ ਉੱਤਰ ਕੇ ਦੇਖ ਲਿਆ ਕਰੋ, ਇਹ ਡਰੰਮਾਂ 'ਚੋਂ ਪਾ ਕੇ ਜੱਗ ਨਾਲ ਤਾਂ ਨਹੀਂ ਤੁਹਾਨੂੰ ਜੂਸ ਦੇਈ ਜਾਂਦੇ? ਤੁਸੀਂ ਸਸਤਾ ਦੇਖਦੇ ਹਾਂ, ਅਡਲਟਰੇਟਡ ਚੀਜ਼ ਨਾ ਖਾਈਏ, ਕਾਰਸਿਨੋਜੈਨਿਕ ਕੈਂਸਰ ਕੌਜ ਕਰਨ ਵਾਲੀਆਂ ਚੀਜ਼ਾਂ ਅਡਲਟਰੇਸ਼ਨ ਕਰਦੇ, ਇਹਨਾਂ ਨੂੰ ਤਾਂ ਪਤਾ ਹੀ ਨਹੀਂ, ਇਹਨਾਂ ਨੇ ਨਾ ਕੁਛ ਪੜ੍ਹੇ ਆ ਨਾ ਕੁਛ ਇਹਨਾਂ ਨੂੰ ਪਤਾ ਵੀ ਇਹਦਾ ਇਫੈਕਟ ਕੀ ਹੋਣਾ ਬੋਡੀ 'ਤੇ। ਮਾਰ ਦਿਓ ਕੈਂਸਰ ਕਰ ਦਿਓ ਲੋਕਾਂ ਨੂੰ, ਅੱਗੇ ਥੋੜ੍ਹੇ ਸਾਡੇ ਬੰਦੇ ਡਾਇਲਸਿਸ ਹੋਈ ਜਾਂਦੇ ਰੋਜ਼, ਲੋਕਾਂ ਦੇ ਕਿਡਨੀਆਂ ਫੇਲ ਹੋਈ ਜਾਂਦੀਆਂ, ਅਡਲਟਰੇਸ਼ਨ ਇੰਨੀ ਵੱਧ ਗਈ ਆ। ਸੋ ਮਿਲਾਵਟਖੋਰੀ ਤਾਂ ਕਿਸੇ ਹਾਲਤ 'ਚ ਵੀ ਬਖਸ਼ੀ ਨਾ ਜਾਊਗਾ, ਕਿਸੇ ਹਾਲਤ 'ਚ ਵੀ ਕਾਰਵਾਈ ਸਖਤ ਹੋਊ। ਆ ਤੁਸੀਂ ਦੇਖ ਰਹੇ ਹਾਂ, ਸੀਲਾਂ ਲਾਤੀਆਂ ਜਿਹੜੇ ਬੰਦੇ ਸਾਨੂੰ ਉਦਣ ਫੜੇ ਆ, ਅਗਾਊਂ ਵੀ ਜਿਹੜਾ ਬੰਦਾ ਪਾਇਆ ਗਿਆ ਇੱਦਾਂ ਦਾ ਅਡਲਟਰੇਸ਼ਨ ਕਰਦਾ ਜੂਸ ਜਾਂ ਹੋਰ ਵੀ ਕਿਸੇ ਤਰ੍ਹਾਂ ਦੀ, ਸਖਤ ਕਾਰਵਾਈ ਹੋਊਗੀ। ਸੋ ਇਹ ਕਮੇਟੀ ਕਾਰਪੋਰੇਸ਼ਨ ਵਾਲੇ ਸਾਡੇ ਨਾਲ ਵੀ ਅਧਿਕਾਰੀ ਵੀ ਆਏ ਆ, ਹੋਰ ਸਟਾਫ ਆਏ ਆ। ਸੋ ਜੇ ਇਹ ਆਪਣਾ ਨਿਯਮਾਂ ਮੁਤਾਬਕ ਵੀ ਕਾਰਵਾਈ ਕਰਨਗੇ, ਅਤੇ ਅਸੀਂ ਆਪਣੀ ਕਾਰਵਾਈ ਸਖਤ ਹੋਣੀ ਆ। ਔਰ ਨੋਟਿਸ ਦੇ ਚੱਲੇ ਹਾਂ ਵੀ ਲਾਇਸੈਂਸ ਰਜਿਸਟ੍ਰੇਸ਼ਨ ਤੋਂ ਬਿਨਾਂ ਤੂੰ ਕਿੱਦਾਂ ਫੂਡ ਦਾ ਕੰਮ ਕਰਦਾ ਸੀ, ਉਹਦਾ ਵੀ ਜਿਹੜਾ ਇਹ ਸਾਡੇ ਲਾਇਸੈਂਸ ਤੋਂ ਬਿਨਾਂ ਨਹੀਂ ਕੰਮ ਕਰੂਗਾ। ਸੋ ਇੱਦਾਂ ਹੀ ਚੱਲਦਾ, ਅੱਜ ਤੁਸੀਂ ਦੇਖਿਆ, ਅਸੀਂ ਉੱਦਣ ਨਾਲੋਂ ਸੁਧਾਰ ਤਾਂ ਹੈਗਾ, ਪਰ ਸਾਨੂੰ ਇਹ ਪਤਾ ਲੱਗਾ ਵੀ ਇਹ 26 ਬੰਦਿਆਂ ਨੂੰ ਦੇਖ ਕੇ ਇਹਨਾਂ ਨੇ ਸਵੇਰੇ ਡਰੰਮ ਵੀ ਡੋਲਿਆ ਇੱਕ ਸਵੇਰੇ ਵੀ, ਇਸ ਕਰਕੇ ਆਏ ਹਾਂ ਵੀ ਇਹਨਾਂ ਨੇ ਸੁਧਰਨਾ ਨਹੀਂ, ਇਹ ਜਿੱਦੀ ਢੀਠ ਬੰਦੇ ਕਈ, ਇਹਨਾਂ ਨੂੰ ਫਿਰ ਇਹੀ ਸਟੈਪ ਬਣਦਾ ਵੀ ਜਿਹੜਾ ਲਿਆ।
ਇਸ ਤੋਂ ਬਿਨਾਂ ਹੋਰ ਵੀ ਕਿਤੇ ਤੁਹਾਡੇ ਕੋਲ ਛਾਪੇਮਾਰੀ ਗਈ ਹੈ ਜਾਂ ਚੈਕਿੰਗ ਹੋ ਚੁੱਕੀ ਹੈ? ਦੇਖੋ ਪਿਛਲੇ ਸਮੇਂ 'ਚ ਜਦੋਂ ਹਰਿਆਣੇ 'ਚ ਕੰਪਲੇਂਟ ਆਈ ਸੀ ਸਾਡੇ ਕੋਲ, ਬੜਾ ਉੱਥੇ ਵੀ ਪਬਲਿਕ ਨੇ ਇਸ਼ੂ ਉਠਾਇਆ ਸੀ ਵੀ ਜੂਸ ਅਨਾਰ ਦਾ ਕਹਿ ਕੇ ਰੰਗ ਬਣਾ ਪਾ ਕੇ ਵਿੱਚ ਵੇਚਦੇ ਆ। ਉੱਥੇ ਵੀ ਮੈਂ ਸੈਂਪਲ ਲਏ ਥਾਣੇ 'ਚ, ਉਹਨਾਂ ਨੇ ਉਹਨੂੰ ਗੱਡੀ ਬਾਉਂਡ ਕਰ ਲਈ ਸੀਗੀ, ਉਹਦੀ ਜਿਹੜੀ ਉਹ ਰੇਹੜੀ ਸੀ, ਮੈਂ ਉੱਥੇ ਵੀ ਸੈਂਪਲ ਲਏ ਸੀਗੇ, ਕਾਰਵਾਈ ਕਰੀ ਦੀ ਆ। ਇੱਥੇ ਬਣਦਾ ਸੀਗਾ ਵੀ ਇਹਨਾਂ ਦੇ ਡਰੰਮਾਂ ਦੇ ਡਰੰਮ, ਅਸੀਂ ਸਾਡਾ ਪਹਿਲਾ ਪਰਪਜ ਆ ਵੀ ਜਿਹੜੇ ਇਹ ਇੰਨੇ ਕਮ ਸੇ ਕਮ 150-200 ਲੀਟਰ ਜਿਹੜਾ ਜੂਸ ਹੈ ਇਹਨੂੰ ਤਾਂ ਡਿਸਟਰੋਏ ਕਰੀਏ, ਕਮ ਸੇ ਕਮ ਇਹ ਦੇ ਤਾਂ ਨਾ ਸਕਣ। ਪਹਿਲਾਂ ਆਉਂਦੇ ਉਹਨੂੰ ਡਿਸਟਰੋਏ ਕੀਤਾ ਜਿਹੜਾ ਦੇਖਿਆ, ਅਤੇ ਬਾਕੀ ਜਿਹੜਾ ਹੈਗਾ ਵੀ ਸਾਡੀ ਕਾਰਵਾਈ ਜਿਹੜੀ ਆ ਇੱਦਾਂ ਹੀ ਚਾਲੂ ਰਹੂਗੀ। ਫਰੈਸ਼ ਜੂਸ ਦੇ ਵੀ ਸੈਂਪਲ ਲਵਾਂਗੇ ਇਹਨਾਂ ਦੇ। ਹਾਂਜੀ, ਆਹ ਦੇਖਣ ਨੂੰ ਮਿਲ ਰਿਹਾ ਜੀ ਤੁਹਾਡੇ ਹੱਥ ਵੀ ਕਾਫੀ ਲਾਲ ਹੋ ਚੁੱਕੇ ਆ ਜੀ। ਇਹ ਜਿਹੜੇ ਇਹ ਅੱਜ ਦਾ ਤੁਹਾਨੂੰ ਲੱਗ ਰਿਹਾ ਜਿਹੜਾ ਜਿਹੜਾ ਉੱਦਣ ਦਾ ਹੈ ਨਾ, ਉਹ ਮੇਰੇ ਨੇਲਸ ਵਿੱਚ ਤੁਸੀਂ ਦੇਖੋਗੇ, ਨੌਹਾਂ ਦੇ ਵਿੱਚ ਅਜੇ ਵੀ ਉੱਦਣ ਦਾ ਰੰਗ ਜਿਹੜਾ ਨਿਕਲ ਨਹੀਂ ਰਿਹਾ। ਮੇਰਾ ਜਿਹੜਾ ਇੱਕ ਸਟਾਫ ਆ ਉਹਨੇ ਤਾਂ ਸ਼ਰਟ ਵੀ ਉਹਦੀ ਵਾਈਫ ਨੇ 3 ਵਾਰੀ ਧੋ ਲਈ ਆ, ਉਹਦਾ ਰੰਗ ਨਹੀਂ ਲੱਥਾ। ਸੋ ਉਹ ਜਿਹੜਾ ਕਲਰ ਆ ਨਾ, ਉਹ ਉੱਦਣ ਦਾ ਅੱਜ ਮਾੜਾ ਜਿਹਾ ਲੱਥਾ ਹੱਥਾਂ ਨਾਲੋਂ, ਨਹੀਂ ਤਾਂ ਇੰਨਾ ਡਾਰਕ ਰੰਗ ਉਹ ਜਿਹੜਾ ਮੈਨੂੰ ਜਿਹੜਾ ਸਿੰਥੈਟਿਕ ਚੁੰਨੀਆਂ ਨੂੰ ਰੰਗ ਵਰਤਦੇ ਆ, ਇਹਨਾਂ ਨੂੰ ਪਤਾ ਹੀ ਨਹੀਂ ਯਾਰ ਬੰਦਿਆਂ ਲਈ ਕਿਹੜੀ ਚੀਜ਼ ਖਾਣ ਲਈ ਆ ਕਿ ਰੰਗਣ ਲਈ ਆ। ਇਹਨਾਂ ਨੂੰ ਤਾਂ ਬਸ ਨਾ ਕਲਰ, ਤੁਸੀਂ ਪਿੱਛੇ ਜੇ ਦੇਖਿਆ ਕਈ ਇੱਕ ਬੰਦੇ ਦਾ ਜਿਹੜਾ ਚਮਚਮ 'ਚ ਵੀ ਰੰਗ ਯਾਰ ਪਾਈ ਜਾਂਦੇ ਸੀ, ਉਹ ਅਨਸੇਫ ਆਇਆ ਅਤੇ ਉਹ ਸ਼ੋਪ ਵੀ ਉਹ ਬੰਦੇ ਕੰਮ ਵੀ ਬੰਦ ਕਰ ਗਿਆ। ਸੋ ਮੈਂ ਇਹ ਕਹਿੰਦਾ ਸਾਡਾ ਕਿਸੇ ਨੂੰ ਪਰੇਸ਼ਾਨ ਤੰਗ ਕਰਨ ਦਾ ਹਰਗਿਜ਼ ਮਕਸਦ ਨਹੀਂ ਹੈਗਾ, ਪਰ ਦੁਨੀਆ ਦੀ ਲਾਈਫ ਜ਼ਿੰਦਗੀ ਸਭ ਤੋਂ ਕੀਮਤੀ ਆ, ਉਹ 'ਚ ਮੇਰੀ ਈਗੋ ਜਾਂ ਮੇਰਾ ਹੋਰ ਕੁਛ ਵੀ ਉਹ ਤੋਂ ਉੱਪਰ ਨਹੀਂ ਹੈਗਾ। ਉਹਨੂੰ ਬਚਾਵਾਂਗੇ, ਅਡਲਟਰੇਸ਼ਨ ਰੋਕਾਂਗੇ, ਮਿਲਾਵਟਖੋਰੀ ਕਿਸੇ ਵੀ ਹਾਲਤ 'ਚ ਬਖਸ਼ੀ ਨਹੀਂ ਜਾਊਗੀ, ਸਪੇਅਰ ਨਹੀਂ ਹੋਊ, ਕੋਈ ਇੰਟਰਫੀਰੈਂਸ ਵੀ ਨਹੀਂ ਬਰਦਾਸ਼ਤ ਹੋਊਗੀ। ਅੱਜ ਕਿਹੜੀ ਜਗ੍ਹਾ ਪਹੁੰਚੀਆਂ ਤੁਸੀਂ? ਇਹ ਟਾਂਡਾ ਰੋਡ ਹੈ ਅਤੇ ਜਿਹੜਾ ਇੱਥੇ ਮੇਨ ਜਿਹੜਾ ਪੁਆਇੰਟ ਹੈ ਲਾਜਵੰਤੀ ਜਿਹੜਾ ਸਟੇਡੀਅਮ ਹੈ ਉਹਦੇ ਓਪੋਜਿਟ ਜਗ੍ਹਾ ਆ, ਮਸ਼ਹੂਰ ਲਾਜਵੰਤੀ ਸਟੇਡੀਅਮ ਕਰਕੇ ਟਾਂਡਾ ਬਾਈਪਾਸ ਆ, ਟਾਂਡੇ ਨੂੰ ਬੱਸਾਂ ਮੁੜਦੀਆਂ ਇੱਥੋਂ, ਇਹ ਮੋੜ 'ਤੇ ਆ, ਲੋਕ ਬੜੇ ਖੜੇ ਹੋ ਕੇ ਜੂਸ ਪੀਂਦੇ ਆ। ਸਾਡੇ ਮੈਨੂੰ ਤਾਂ ਕੱਲ੍ਹ ਪਰਸੋਂ ਇੱਕ ਅਫਸਰ ਮੇਰੇ ਕਹਿੰਦੇ ਹੱਸਦੇ ਹੱਸਦੇ ਰੋਜ਼ ਖੜੇ ਹੋ ਕੇ ਜੂਸ ਪੀਂਦੇ ਹੁੰਦੇ ਸੀ ਵੀ ਬੜਾ ਸਵਾਦ ਜੂਸ ਹੈ, ਅਤੇ ਕਹਿੰਦੇ ਉਹ ਚੰਗਾ ਹੋਇਆ ਤੁਸੀਂ ਦਿੱਤਾ। ਜ਼ਰੂਰੀ ਥੋੜ੍ਹਾ ਹੁੰਦਾ ਹਰ ਚੀਜ਼ ਟੇਸਟੀ ਜਿਹੜੀ ਉਹ ਪਿਓਰ ਹੋਵੇ, ਕੋਈ ਜ਼ਰੂਰੀ ਨਹੀਂ ਹੈਗਾ, ਟੇਸਟ ਕੋਈ ਪੈਰਾਮੀਟਰ ਨਹੀਂ ਹੈਗਾ ਕਿਸੇ ਚੀਜ਼ ਦਾ ਵੀ ਉਹ ਪਿਓਰ ਹੈ। ਅਡਲਟਰੇਟਡ ਚੀਜ਼ ਜ਼ਿਆਦਾ ਸਵਾਦ ਵੀ ਹੋ ਸਕਦੀ ਹੈ। ਹਾਂ,